ਸ਼ਾਨੋ ਸ਼ੌਕਤ, ਦਿਖਾਵੇਬਾਜ਼ੀ, ਅਮੀਰ ਦਿਸਣ ਦੀ ਚਾਹ, ਇਹ 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 ਵੀ ਭਾਰੂ ਹੋਊਗੀ ਕੈਨੇਡਾ ਦੇ ਵਿੱਚ ਕੁੜੀਆਂ ਅਤੇ ਮੁੰਡਿਆਂ 'ਤੇ, ਉਹ ਜਿਵੇਂ ਆਪਣੇ ਆਪ ਨੂੰ ਕੈਰੀ ਕਰਦੀਆਂ ਨੇ, ਕਿਉਂਕਿ ਜਦੋਂ ਇੱਦਾਂ ਦੇ ਵੀਡੀਓਜ਼ ਆਉਂਦੀਆਂ ਨੇ ਸਕਰੋਲ ਕਰਦੇ, ਉਹ ਅੱਜ ਕੱਲ੍ਹ ਦੂਜੀਆਂ ਕੁੜੀਆਂ ਤੋਂ ਕਰਾਇਆ ਜਾਂਦਾ, ਜਿਹੜੀਆਂ ਕਿਸੇ ਹੋਰ ਨੇ ਕੀ ਚਾਹੀਦਾ, ਬਰੰਪਟਨ ਵਾਲੇ ਹੋ, ਫਲਾਣਾ ਚਾਹੀਦਾ, ਗੱਡੀ ਚੱਲ ਜ਼ੀਰੋ ਡਾਊਨ ਪੇਮੈਂਟ 'ਤੇ ਗੱਡੀ ਚੱਕ ਲਓ, ਜੇ ਕ੍ਰੈਡਿਟ ਸਕੋਰ ਬਹੁਤ ਤੁਹਾਡਾ ਵਰਸਟ ਵੀ ਹੈ ਤਾਂ ਵੀ ਕਰਾ ਦੇਣਗੇ, ਇਹ ਵੀ ਇੱਕ ਪਾਰਟ ਹੈਗਾ। ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਤੁਹਾਡੇ ਮੂਹਰੇ ਚੀਜ਼ ਪਰੋਸੀ ਜਾਂਦੀ ਹੈ ਵੀ ਤੁਸੀਂ ਚਾਹ ਕੇ ਨਾ ਚਾਹ ਕੇ ਵੀ ਉਹ ਸੋਹਣੀ ਕੁੜੀ ਨੇ ਥੋੜ੍ਹੀ ਦੇਣੀ ਆ, ਸਕੋਰ ਤੁਹਾਡਾ ਚੈੱਕ ਹੋਣਾ, ਇੱਥੇ ਸਿਬਲ ਹੁੰਦਾ, ਉੱਥੇ ਕ੍ਰੈਡਿਟ ਸਕੋਰ ਹੁੰਦਾ, ਪੈਸੇ ਤੁਸੀਂ ਦੇਣੇ, ਕਿਸ਼ਤ ਉਹਨੇ ਨਹੀਂ ਦੇਣੀ, ਤੁਸੀਂ ਆਪਣੇ ਮਾਇੰਡ ਨਾਲ ਚੱਲੋ। ਜੇ ਉਹਨਾਂ ਨੇ ਕਹਿਤਾ ਬ੍ਰੈਂਪਟਨ ਵਾਲਿਓ ਕੀ ਚਾਹੀਦਾ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਗੱਡੀ ਤੁਹਾਡੇ ਲਈ ਤਿਆਰ ਹੀ ਖੜੀ ਹੈ, ਚਾਬੀ ਸਭ ਕੁਝ ਤੁਹਾਡਾ ਪੁੱਲ ਆਊਟ ਹੋਣਾ। ਬੱਚੇ ਸੀਗੇ ਅਤੇ ਉਹ ਮਸਟੈਂਗ ਲੈ ਕੇ ਆਏ, ਉਹ ਪੂਰੀਆਂ ਵਾਜਾਂ, ਮਤਲਬ ਇੱਕ ਉੱਧਰੋਂ ਕਢਾਵੇ ਇੱਕ ਉੱਧਰੋਂ ਕੱਢੇ, ਤਾਂ ਸਾਨੂੰ ਆਏ, ਸਾਨੂੰ ਐਂ ਲੱਗਦਾ ਸੀ ਵੀ ਅੱਗ ਲੱਗ ਜਾਣੀ ਹੈ ਇਹਨਾਂ ਨੂੰ, ਕਿਉਂ ਮੈਂ ਕਿਹਾ ਵੀ ਖਰਾਬ ਕਰਨ ਲੱਗੇ, ਪੜਾਕਾ ਪੈ ਜੂ ਵੀ, ਬਾਈ ਮਿਹਨਤ ਨਾਲ ਕਮਾਏ ਆ, ਮੈਂ ਕਿਹਾ ਬਾਈ ਮਿਹਨਤ ਨਾਲ ਕਮਾਇਆ ਤਾਂ ਯਾਰ ਕਾ ਤੋਂ ਨਹੀਂ। ਮੰਨ ਲਓ ਕਿਸੇ ਦੇ ਕੋਈ ਚੰਗਾ ਖਰਚ ਕਰ ਰਿਹਾ ਜਾਂ ਕੋਈ ਗੋਲਡ ਪਾਇਆ ਦੇਖ ਲਿਆ ਜਾਂ ਵਧੀਆ ਗੱਡੀ ਵੇਖ ਲਈ, ਇਹ ਪਹਿਲਾਂ ਇਹ ਦੇਖੋ ਵੀ ਉਹ ਕੀ ਕਰਦਾ, ਉਹਨੂੰ ਕਿੰਨਾ ਚਿਰ ਹੋ ਗਿਆ ਗਿਆ, ਇਹਨੂੰ ਉਹਦੀ ਪਿੱਛੇ ਬੈਕਗ੍ਰਾਉਂਡ ਕਿਵੇਂ ਹੈ, ਇਕੱਲਾ ਇਹ ਨਾ ਵੇਖੋ ਵੀ ਉਹ ਗਿਆ ਜੀ, ਪਤਾ ਨਹੀਂ ਉਹਨੇ ਅੱਜ ਹੀ, ਉਹ ਤਾਂ ਸ਼ਾਇਦ ਪਹਿਲਾਂ ਵੀ ਪਾਉਂਦਾ ਹੋਵੇ, ਇਹ ਚੀਜ਼ ਨੂੰ ਕੋਈ ਨਹੀਂ ਵੇਖਦਾ, ਸਿਰਫ ਇਹ ਦੇਖਦਾ ਵੀ ਇਹ ਕੈਨੇਡਾ ਤੋਂ ਆਇਆ, ਕੈਨੇਡਾ ਜਾਣਾ ਇਕੱਲਾ, ਉੱਥੇ ਇਹ ਨਹੀਂ ਵੀ ਆਪਾਂ ਫੋਨ ਲੈ ਲਿਆ ਐਪਲ ਦੇ, ਉੱਥੇ ਗੁੰਮ ਕਰ ਲਏ ਅਤੇ $10 ਦੀ ਇੰਸ਼ੋਰੈਂਸ ਕਰਾ ਲਈ, ਇੱਥੇ ਪਿੱਛੇ ਭੇਜ ਕੇ ਮੁੜ ਕੇ ਕਹਿਣਾ ਜੀ ਉਹ ਤਾਂ ਗੁੰਮ ਹੋ ਗਏ, ਉੱਥੇ ਆਪਾਂ ਨਵਾਂ ਕਢਾ ਲਿਆ, ਅਤੇ ਇੱਥੇ ਪਿੱਛੇ ਆਪਣੇ ਕਹਿੰਦਾ ਦੇਖ ਵੀ ਆਈਫੋਨ ਬਾਹਰੋਂ ਆਇਆ, ਪਰ ਉਹ ਕਿਵੇਂ ਆਇਆ ਉਹਨਾਂ ਨੂੰ ਇਹ ਪਤਾ ਵੀ ਉਹਨੂੰ 2 ਸਾਲ ਦੀ ਉਹਨੇ ਕਿਸ਼ਤਾਂ ਭਰਨੀਆਂ ਨੇ ਹਲੇ, ਉਹ ਤੁਹਾਨੂੰ ਦੱਸੇ ਨਾ ਦੱਸੇ, ਪਰ ਉਹਦੇ ਪੱਲੇ ਪੈ ਚੁੱਕੀਆਂ। ਵੈਸੇ ਵੈਸੇ ਜਿਹੜੀ ਇਹ, ਚਲੋ ਸਾਰੇ ਨਹੀਂ ਐਵੇਂ ਦੇ ਹੁੰਦੇ, ਆਪਣੇ ਇੱਥੇ ਵੀ ਨੇ ਉੱਥੇ ਵੀ ਨੇ, ਫੋਕੀ ਸ਼ਾਨੋ ਸ਼ੌਕਤ, ਦਿਖਾਵੇਬਾਜ਼ੀ, ਅਮੀਰ ਦਿਸਣ ਦੀ ਚਾਹ, ਇਹ 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 ਵੀ ਭਾਰੂ ਹੋਊਗੀ ਕੈਨੇਡਾ ਦੇ ਵਿੱਚ ਕੁੜੀਆਂ ਅਤੇ ਮੁੰਡਿਆਂ 'ਤੇ, ਉਹ ਜਿਵੇਂ ਆਪਣੇ ਆਪ ਨੂੰ ਕੈਰੀ ਕਰਦੀਆਂ ਨੇ, ਕਿਉਂਕਿ ਜਦੋਂ ਇੱਦਾਂ ਦੇ ਵੀਡੀਓਜ਼ ਆਉਂਦੀਆਂ ਨੇ ਸਕਰੋਲ ਕਰਦੇ, ਉਹ ਅੱਜ ਕੱਲ੍ਹ ਦੂਜੀਆਂ ਕੁੜੀਆਂ ਤੋਂ ਕਰਾਇਆ ਜਾਂਦਾ, ਜਿਹੜੀਆਂ ਕਿਸੇ ਹੋਰ ਨੇ ਕੀ ਚਾਹੀਦਾ, ਬਰੰਪਟਨ ਵਾਲੇ ਹੋ, ਫਲਾਣਾ ਚਾਹੀਦਾ, ਗੱਡੀ ਚੱਲ ਜ਼ੀਰੋ ਡਾਊਨ ਪੇਮੈਂਟ 'ਤੇ ਗੱਡੀ ਚੱਕ ਲਓ, ਜੇ ਕ੍ਰੈਡਿਟ ਸਕੋਰ ਬਹੁਤ ਤੁਹਾਡਾ ਵਰਸਟ ਵੀ ਹੈ ਤਾਂ ਵੀ ਕਰਾ ਦੇਣਗੇ, ਇਹ ਵੀ ਇੱਕ ਪਾਰਟ ਹੈਗਾ। ਹੁਣ ਤੁਸੀਂ ਗੱਲ ਕਰਤੀ, ਉਹ ਮੈਂ ਉਹ ਕਰਨ ਹੀ ਲੱਗਿਆ ਸੀ ਵੀ ਤੁਸੀਂ ਦੇਖੋ ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਤੁਹਾਡੇ ਮੂਹਰੇ ਚੀਜ਼ ਪਰੋਸੀ ਜਾਂਦੀ ਹੈ ਵੀ ਤੁਸੀਂ ਚਾਹ ਕੇ ਨਾ ਚਾਹ ਕੇ ਵੀ ਉਹ ਸੋਹਣੀ ਕੁੜੀ ਨੇ ਥੋੜ੍ਹੀ ਦੇਣੀ ਆ, ਸਕੋਰ ਤੁਹਾਡਾ ਚੈੱਕ ਹੋਣਾ, ਇੱਥੇ ਸਿਬਲ ਹੁੰਦਾ, ਉੱਥੇ ਕ੍ਰੈਡਿਟ ਸਕੋਰ ਹੁੰਦਾ, ਪੈਸੇ ਤੁਸੀਂ ਦੇਣੇ, ਕਿਸ਼ਤ ਉਹਨੇ ਨਹੀਂ ਦੇਣੀ, ਤੁਸੀਂ ਆਪਣੇ ਮਾਇੰਡ ਨਾਲ ਚੱਲੋ। ਜੇ ਉਹਨਾਂ ਨੇ ਕਹਿਤਾ ਬ੍ਰੈਂਪਟਨ ਵਾਲੇ ਉਹ ਕੀ ਚਾਹੀਦਾ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਗੱਡੀ ਤੁਹਾਡੇ ਲਈ ਤਿਆਰ ਹੀ ਖੜੀ ਹੈ, ਚਾਬੀ ਸਭ ਕੁਝ ਤੁਹਾਡਾ ਪੁੱਲ ਆਊਟ ਹੋਣਾ, ਪਰ ਜੇ ਈਵਨ ਤੁਹਾਡਾ ਕ੍ਰੈਡਿਟ ਵੀ ਬੈਡ ਹੈ, ਉਹ ਤੁਹਾਨੂੰ ਚੱਕ ਤਾਂ ਦਿੰਦੇ ਆ ਪਰ ਉਹਦਾ ਇੰਟਰਸਟ ਰੇਟ 12-15-18% ਹੁੰਦਾ, ਤੁਹਾਡੀ ਜਿਹੜੀ ਪ੍ਰਿੰਸੀਪਲ ਅਮਾਊਂਟ ਆ ਨਾ ਉਹ ਵੀ ਨਹੀਂ ਜਾਂਦੀ, ਇੰਟਰਸਟ ਹੀ ਜਾਂਦਾ। ਜਿਵੇਂ ਘਰਾਂ ਦੇ ਵਿੱਚ ਅੱਜ ਕੱਲ੍ਹ ਲਈਏ 21% 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
ਉਹਨੂੰ ਇੱਥੇ ਕੁਛ ਪਰਸਨਲ ਤਜਰਬੇ, ਜਿਵੇਂ ਮੇਰੇ ਕੋਲ ਕਈ ਮਾਪੇ ਆਉਂਦੇ ਨੇ ਉੱਥੇ, ਕਈ ਆਉਂਦੇ ਵੀ ਯਾਰ ਮਾੜਾ ਜਿਹਾ ਕਹੋ ਪਲੀਜ਼, ਤੁਸੀਂ ਅਵੇਅਰ ਕਰ ਸਕਦੇ ਹੋ, ਤੁਹਾਡੇ ਵਿਊਵਰਸ ਵੀ ਬਹੁਤ ਜ਼ਿਆਦਾ ਨੇ, ਵੀ ਲੋਕਾਂ ਤੱਕ ਤੁਹਾਡੀ ਗੱਲ ਪਹੁੰਚਦੀ ਹੈ, ਤਾਂ ਉਹਨਾਂ ਨੂੰ ਕਹੀਦਾ ਵੀ ਦੇਖੋ ਜੀ ਅਸੀਂ ਪਹੁੰਚਾ ਸਕਦੇ ਹਾਂ, ਪਰ ਆਪਾਂ ਕਿਸੇ ਨੂੰ ਅਸੀਂ ਪਰਸਨਲ ਅਟੈਕ ਨਹੀਂ ਕਰ ਸਕਦੇ।